ਲੋ ਵੀ ਦੋਸਤੋ, ਆਪਾਂ ਨੈਕਸਟ ਆਰਟ ਵਰਕ ਦੇ ਵੱਲ ਹੀ ਚੱਲੇ ਹਾਂ। ਇਸ ਵਕਤ ਜਿਹੜਾ ਵਾਟਰ ਸ਼ੋਅ ਸੀਗਾ ਉਹ ਸਮਾਪਤ ਹੋ ਗਿਆ ਇਹਨਾਂ ਦਾ, ਅਤੇ ਉਸ ਤੋਂ ਬਾਅਦ ਟਾਵਲ ਵਗੈਰਾ ਦਿੱਤੇ ਸੀਗੇ ਇਹਨਾਂ ਨੇ ਪੈਰ ਵਗੈਰਾ ਸਾਫ਼ ਕਰਨ ਨੂੰ, ਅਤੇ ਇੱਥੇ ਬੈਠ ਕੇ ਸਾਰੇ ਲੋਕ ਟਾਵਲ ਵਗੈਰਾ ਜਿਹੜਾ ਯੂਜ਼ ਕਰਦੇ ਨੇ ਪੈਰ ਸਾਫ਼ ਕਰਕੇ। ਆਪਾਂ ਇੱਧਰੋਂ ਚੱਲਾਂਗੇ ਨੈਕਸਟ ਆਪਣੇ ਡੈਸਟੀਨੇਸ਼ਨ ਦੀ ਵੱਲ, ਨੈਕਸਟ ਆਰਟ ਵਰਕ ਦੀ ਤਰਫ। ਵੈਲਕਮ ਟੂ ਦਾ ਅਨਦਰ ਵਰਲਡ। ਹਾਂ ਵੀ ਦੋਸਤੋ, ਨਿਊ ਆਰਟ ਵਰਕ ਆ ਤੁਹਾਡੇ ਸਾਰਿਆਂ ਦੇ ਲਈ, ਇੰਜੋਏ ਕਰੋ ਇਹਨੂੰ। ਦੇਖੋ ਕਿੰਨਾ ਸੋਹਣਾ ਯਾਰ, ਮਤਲਬ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਨਾ ਇਹਨਾਂ ਨੇ ਸਾਰਾ ਕੁਝ, ਕਿਆ ਬਾਤਾਂ ਹੀ ਨੇ। ਇਹ ਸਾਰੇ ਦੋਸਤੋ ਬੈਲੂਨਸ ਨੇ, ਵੱਡੀਆਂ ਵੱਡੀਆਂ ਬਾਲਸ ਨੇਗੀਆਂ ਜਿਹੜੀਆਂ ਨਾ ਪ੍ਰੋਪਰ ਫਿਕਸ ਕੀਤੀਆਂ ਹੋਈਆਂ ਨੇ। ਦੇਖੋ ਕਿੰਨਾ ਸੋਹਣਾ ਗਾ ਇਹ ਸਾਰਾ, ਬਹੁਤ ਬਹੁਤ ਸੋਹਣਾ ਗਾ ਸਾਰਾ ਸਿਸਟਮ। ਦੇਖੋ ਪੂਰਾ ਇੰਜੋਏ ਕਰ ਰਹੇ ਹਾਂ, ਬਹੁਤ ਸੋਹਣਾ ਗਾ ਸੱਚੀ, ਦਿਲ ਖੁਸ਼ ਹੋ ਗਿਆ ਟੋਕੀਓ ਆ ਕੇ। ਟ੍ਰਿਪ ਦਾ ਜਿਹੜਾ ਪੈਸਾ ਵਸੂਲ ਆ, ਅਤੇ ਇੰਨੀਆਂ ਵਧੀਆ ਚੀਜ਼ਾਂ ਦੇਖ ਕੇ ਯਾਰ ਬੰਦੇ ਦਾ ਜਦੋਂ ਦਿਲ ਖੁਸ਼ ਹੋ ਜਾਂਦਾ ਨਾ, ਬੰਦੇ ਨੂੰ ਸਕੂਨ ਮਿਲਦਾ ਹੈਗਾ। ਵੀ ਨੈਕਸਟ ਆਰਟ ਵਰਕ ਦੇ ਵਿੱਚ ਆਪਾਂ ਐਂਟਰ ਹੋ ਰਹੇ ਹਾਂ, ਅਤੇ ਓ ਮਾਈ ਗੋਡ ਦੇਖੋ ਕਿੰਨਾ ਸੋਹਣਾ ਯਾਰ। ਕਿੰਨਾ ਵਧੀਆ ਆਰਟ ਵਰਕ ਆ ਯਾਰ ਇਹ, ਬਹੁਤ ਬਹੁਤ ਸੋਹਣਾ ਯਾਰ, ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ। ਦੇਖੋ ਉੱਪਰ ਤੱਕ ਨੀਚੇ ਤੱਕ ਕਿੰਨਾ ਯਾਰ, ਮਤਲਬ ਸਿਰਾ ਹੀ ਲੱਗਿਆ ਪਿਆ ਪਤੰਦਰਾਂ ਨੇ, ਬਹੁਤ ਬਹੁਤ ਵਧੀਆ ਕੀਤਾ ਹੋਇਆ ਕੰਮ। ਤੁਹਾਨੂੰ ਲੱਗ ਰਿਹਾ ਬਿਲਕੁਲ 3D ਟੈਲੀਵਿਜ਼ਨ ਹੈ, ਬਟ ਇੱਕ ਕਮਰਾ ਪੂਰਾ ਜੋ ਇਸ ਤਰੀਕੇ ਦਾ ਬਣਾਇਆ ਹੋਇਆ ਹੈਗਾ। ਕਿਆ ਬਾਤ ਆ ਦਮਨ ਵੀਰੇ,
ਦੋਸਤੋ ਵਾਟਰ ਏਰੀਆ ਹੋ ਗਿਆ ਕੰਪਲੀਟ ਅਤੇ ਹੁਣ ਆਪਾਂ ਚੱਲਿਆ ਗਾਰਡਨ ਦੇ ਵੱਲ। ਗਾਰਡਨ ਦੇਖਦੇ ਇਹਨਾਂ ਦਾ ਕਿਸ ਤਰੀਕੇ ਦਾ ਹੈਗਾ। ਚੱਲਦੇ ਹਾਂ ਆਪਾਂ ਅੱਗੇ ਅਤੇ ਦਿਖਾਉਂਦੇ ਹਾਂ ਤੁਹਾਨੂੰ ਸਾਰਿਆਂ ਨੂੰ ਨਜ਼ਾਰਾ ਇੱਥੋਂ ਦਾ। ਚੱਪਲ ਪਾ ਕੇ ਜਾਣੀ ਹੈ ਕਹਿੰਦੇ ਅੰਦਰ। ਲੋ ਵੀ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਆਰਟ ਵਰਕ ਦੇ ਵਿੱਚ। ਨਵੇਂ ਆਰਟ ਵਰਕ ਦੇ ਵਿੱਚ ਤੁਸੀਂ ਦੇਖੋ ਕਿੰਨਾ ਸੋਹਣਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ। ਕਿਆ ਬਾਤ ਆ, ਇਹਨਾਂ ਨੇ ਗਾਰਡਨ ਨੂੰ ਸਜਾਇਆ ਹੋਇਆ ਹੈਗਾ। ਇਹ ਆ ਜੀ ਗਾਰਡਨ। ਦੇਖੋ ਦੇਖੋ ਦੋਸਤੋ ਕਿੱਡਾ ਵੱਡਾ ਗਾਰਡਨ ਆ ਇਹ। ਇਹਦੇ ਵਿੱਚ ਘੁੰਮਣ ਨੂੰ ਕਾਫੀ ਟਰੈਕਸ ਵਗੈਰਾ ਬਣਾਏ ਹੋਏ ਹੈਗੇ। ਦੇਖੋ ਬਹੁਤ ਵੱਡਾ ਗਾਰਡਨ ਆ ਦੋਸਤੋ, ਇਹ ਬਹੁਤ ਵੱਡਾ ਗਾਰਡਨ ਆ। ਕਿੱਦਾਂ ਲੱਗ ਰਿਹਾ ਤੁਹਾਨੂੰ, ਪੈਸਾ ਵਸੂਲ ਲੱਗ ਰਿਹਾ ਤੁਹਾਨੂੰ ਜਾਂ ਨਹੀਂ, ਦੱਸਿਓ ਜ਼ਰੂਰ ਕਮੈਂਟ ਕਰਕੇ। ਲਓ ਵੀ ਦੋਸਤੋ ਦੇਖੋ ਤਾਂ ਗਾਰਡਨ ਕਿੰਨੇ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਇਹਨਾਂ ਨੇ, ਹੈ ਨਾ। ਪਰ ਲਾਈਟਿੰਗ ਇਫੈਕਟ ਬਹੁਤ ਬਹੁਤ ਵਧੀਆ ਕੀਤਾ ਹੋਇਆ ਪਤੰਦਰਾਂ ਨੇ। ਦੂਰ ਦੂਰ ਤੱਕ ਭਾਅ ਦੇਖੋ ਕਿੰਨੇ ਜਾਣੇ ਲੋਕ ਆ ਅਟਰੈਕਸ਼ਨ 'ਤੇ ਇਸ 'ਤੇ ਆਉਂਦੇ ਨੇਗੇ। ਦੋਸਤੋ ਇਸ ਤੋਂ ਬਾਅਦ ਆਪਾਂ ਚੱਲੇ ਹਾਂ ਅੱਗੇ ਅਤੇ ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਕੀ ਕੁਝ ਹੈਗਾ। ਲੋ ਵੀ ਕਹਿੰਦੇ ਵਿਊ ਇਜ਼ ਔਨ ਰੋਟੇਟਿੰਗ ਬੇਸਿਸ ਅਤੇ ਕਹਿੰਦੇ ਫਲਾਵਰਸ ਵਗੈਰਾ ਨੂੰ ਟੱਚ ਨਾ ਕਰਿਓ। ਅਤੇ ਹੁਣ ਆਪਾਂ ਚੱਲੇ ਹਾਂ ਜੀ ਅੱਗੇ, ਦੇਖਦੇ ਹਾਂ। ਦੇਖੋ ਜੀ ਕਹਿੰਦੇ ਇੱਧਰਲੇ ਪਾਸੇ ਜਾਣਾ ਆਪਾਂ ਸਟੇਟ। ਬਹੁਤ ਸੋਹਣਾ ਬਣਿਆ ਹੋਇਆ ਭਰਾ, ਕਿਆ ਬਾਤ ਆ। ਬਹੁਤ ਸੋਹਣਾ ਬਣਾਇਆ ਹੋਇਆ ਦੋਸਤੋ, ਸਾਰੇ ਫਲਾਵਰਸ 3D ਨੇਗੇ। ਦੇਖੋ ਕਿੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਜਿਹੜਾ ਸੀਨ ਆ ਉਹ ਦਿਖ ਰਿਹਾ ਹੋਵੇਗਾ। 3D ਆਪਾਂ ਕਹਿੰਦੇ ਹਾਂ ਪਰ ਕਿਸੇ ਹੱਦ ਤੱਕ ਹੁੰਦੀ ਆ, ਪਰ ਜੇ ਜਾਪਾਨ ਦੇ ਵਿੱਚ ਤੁਸੀਂ ਗੱਲ ਕਰੋ ਤਾਂ ਮਤਲਬ ਆਊਟਸਟੈਂਡਿੰਗ ਲੈਵਲ ਦਾ ਇਹ 3D ਲੈਵਲ ਹੈਗਾ ਇੱਥੋਂ ਦਾ ਕਿਸੇ ਵੀ ਆਰਟ ਵਰਕ ਦਾ। ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋਗੇ ਵੀ ਕਿਸ ਵਧੀਆ ਤਰੀਕੇ ਦੇ ਨਾਲ ਜਿਹੜਾ ਆਰਟ ਵਰਕ ਦਾ ਜਿਹੜਾ ਨਜ਼ਾਰਾ ਹੈਗਾ ਉਹ ਪੇਸ਼ ਕੀਤਾ ਹੋਇਆ ਹੈਗਾ। ਪਾਵਰ ਗੇਟ ਆ ਜਿਹੜਾ ਆਪਣਾ ਓਪਨ ਹੋਣ ਜਾ ਰਿਹਾ। 3D ਐਨੀਮੇਸ਼ਨ ਦਾ ਨਜ਼ਾਰਾ ਦੇਖੋ ਤੁਸੀਂ ਕਿੰਨੇ ਵਧੀਆ ਤਰੀਕੇ ਦਾ। ਇਹ ਹੋ ਗਿਆ ਓਪਨ ਅਤੇ ਹੁਣ ਆਪਾਂ ਇਹਦੇ ਅੰਦਰ ਜਾਵਾਂਗੇ, ਬੈਠ ਕੇ ਕਰਾਂਗੇ ਨਜ਼ਾਰੇ। ਯਾਰ ਬੜਾ ਵਧੀਆ ਲੱਗ ਰਿਹਾ ਭਰਾਵੋ, ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਹੈਗਾ। ਮਤਲਬ ਅਸੀਂ ਇਮੈਜਿਨ ਨਹੀਂ ਕੀਤਾ ਸੀਗਾ ਕਿ ਜਾਪਾਨ ਦੇ ਵਿੱਚ ਜਾ ਕੇ ਅਸੀਂ ਇਸ ਤਰੀਕੇ ਦੀਆਂ ਚੀਜ਼ਾਂ ਦੇਖਾਂਗੇ। ਬਹੁਤ ਸੋਹਣਾ ਬਣਿਆ ਹੋਇਆ। ਹੁਣ ਤੁਹਾਨੂੰ ਦਿਖਾਉਂਦੇ ਹਾਂ ਉੱਪਰ ਦਾ ਨਜ਼ਾਰਾ। ਸੋਚ ਸਕਦੇ ਹੋ ਤੁਸੀਂ ਇਸ ਲੈਵਲ ਦੀ ਐਨੀਮੇਸ਼ਨ ਨੂੰ,
ਮੈਂ ਕਹਿੰਦਾ ਕਿੰਨਾ ਵਧੀਆ ਨਜ਼ਾਰਾ ਜਿਹੜਾ ਇੱਥੇ ਬਣਾਇਆ ਹੋਇਆ ਹੈਗਾ। ਦੋਸਤੋ ਸਾਡਾ ਟੀਮ ਲੈਬ ਪਲੈਨਟ ਦਾ ਜਿਹੜਾ ਐਕਸਪੀਰੀਅੰਸ ਆ ਬਹੁਤ ਬਹੁਤ ਵਧੀਆ ਰਿਹਾ। ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।